ਸੁਲਤਾਨ ਰਾਈ ਦਾ ਡੰਡਾ ਤਿਆਰ ਹੋ ਗਿਆ। ਕਹਿੰਦੇ ਨੇ ਨਾ ਬੋਏ ਮੋਲੇ ਨੂੰ ਮੋਲਾ ਨਾ ਮਾਰੇ ਤੇ ਮੋਲਾ ਨਹੀਂ ਮਾਰਦਾ, ਹੈ ਨਾ। ਵਾਹ ਵੀ ਵਾਹ, ਬੜਾ ਸਟਾਈਲ ਬਣਾਏ। ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਉਮੀਦ ਕਰਦੀ ਮੇਰੇ ਭੈਣ ਭਾਈ ਠੀਕ ਹੋਣਗੇ। ਅਲਹਮਦੁਲਿਲਾ ਅਸੀਂ ਵੀ ਠੀਕ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਆਈ ਦਾ ਵਲੋਗ ਕਰਦੇ ਹਾਂ ਸ਼ੁਰੂ। ਮੌਸਮ ਜਿਹੜਾ ਨਾ ਫਿਰ ਨੇਰੀ ਆ ਰਹੀ ਆ ਤੇ ਇੰਨੀ ਰੇਤ ਉੱਡਦੀ ਹੈ ਨਾ, ਰੇਤ ਮਿੱਟੀ ਸਾਰੇ ਵਿਖਾ ਦੂਗਾ। ਫਿਰ ਸਫਾਈ ਕੀਤੀਆਂ ਦਾ ਨਾ ਕਹਿੰਦਾ ਨੀ ਸੱਤਿਆਨਾਸ ਉਹ ਵੱਜ ਗਿਆ, ਯਾਨੀ ਕਿ ਫਿਰ ਦੁਬਾਰਾ ਖਿਲਾਉਣਾ ਪੈ ਗਿਆ। ਚਲੋ ਜੀ, ਬਾਬਰੂ ਰੱਲਾ ਨਾ ਹਵਾ ਦੇ ਨਾਲ ਦੇਖੋ ਕਿੰਨਾ ਆ ਗਿਆ। ਲਓ ਜੀ, ਸਾਡੇ ਕਲਰ ਜਿਹੜੇ ਤੁਸੀਂ ਦੇਖੇ ਅਸੀਂ ਨਵੇਂ ਕੀਤੇ ਸੀ ਅਤੇ ਕੱਲ੍ਹ 12 ਵਜੇ ਖਰਾਬ ਹੋ ਗਏ ਅਤੇ 10 ਆਟਾ ਗੁੰਨੀ 10 ਗੁੰਨ ਰਹੀ ਆਟਾ। ਅਤੇ ਮੈਂ ਫਿਰ ਉਹ ਜਿਹੜੇ ਅੰਗੀਠੀ ਦੇ ਕਲਰ ਖਰਾਬ ਹੋਏ ਨਾ ਉਹ ਵਾਲੇ ਉਹ ਸੈੱਟ ਕਰ ਲਵਾਂ। ਹੈਂ, ਰੰਗ ਕਿੱਥੇ ਰੱਖੇ ਸੀ? ਖੁੱਡੇ 'ਚ। ਅਤੇ ਆਹ ਬਾਂਸ ਵੀ ਨਾ ਕਲਰ ਕਰ ਦਈਏ ਯਾਰ, ਬੁਰਾ ਲੱਗਦਾ। ਹੈਂ, ਬਾਂਸ ਰੰਗ ਜਿਹੜੇ ਨਾ ਕਰ ਦਈਏ, ਮੌਸਮ ਖਰਾਬ ਮੌਸਮ ਵਾਕਈ ਬਹੁਤ ਖਰਾਬ ਹੈ। ਤੁਸੀਂ ਦੇਖੋ ਬੱਦਲ ਬਣੇ ਆ ਬਹੁਤ, ਇੱਧਰ ਦੇਖੋ ਕਾਲੇ ਸਿਆਹ ਬੱਦਲ ਆ ਰਿਹਾ ਅਤੇ ਇੱਥੇ ਅਗਰ ਰੰਗ ਅਸੀਂ ਕਰ ਲਵਾਂਗੇ ਨਾ ਇਸ ਹਿੱਸੇ 'ਤੇ ਬਾਂਸ 'ਤੇ, ਯਾਨੀ ਕਿ ਰੈੱਡ ਯੈਲੋ ਰੈੱਡ ਯੈਲੋ ਕਰਾਂਗੇ ਅਤੇ ਬਾਰਿਸ਼ ਅਗਰ ਆਵੇਗੀ ਤਾਂ ਇਹ ਥੱਲੇ ਛੱਪਰੇ ਦੇ ਇਹ ਖਰਾਬ ਨਹੀਂ ਹੋਏਗਾ। ਰੰਗ ਤਾਂ ਅਲਹਮਦੁਲਿਲਾ ਮੈਂ ਕੱਢ ਲਏ ਲੇਕਿਨ ਬੁਰਸ਼ ਮੈਨੂੰ ਨਹੀਂ ਮਿਲੇ। ਮੁਕਦਸ ਬੁਰਸ਼ ਕੋਈ ਨਹੀਂ ਪਿਆ, ਬੁਰਸ਼ ਕਿੱਥੇ ਰੱਖਿਆ ਤੂੰ? ਤਾਂ ਬਾਜੀ ਜੋ ਅੰਗੀਠੀ ਰੰਗ ਕੀਤੀ ਸੀ, ਬੁਰਸ਼ ਕਿੱਥੇ ਰੱਖੇ ਸੀ? ਬਾਂਸ ਦੇ ਵਿੱਚ। ਅੱਛਾ ਅੱਛਾ, ਵਾਹ ਵਧੀਆ, ਬੜੇ ਸੰਭਾਲ ਕੇ ਰੱਖੇ। ਇੱਕ ਇਹਦੇ ਨਾਲ ਦਾ ਬੜਾ ਬੁਰਸ਼ ਹੋਰ ਹੋਣਾ। ਅੱਛਾ ਪਿਆ, ਸਹੀ ਹੋ ਗਿਆ। ਕੀ ਰੋਟੀ ਬਣਾਉਣ ਲੱਗੇ? ਰੋਟੀ ਬਣਾਉਣ ਲੱਗੇ? ਹੈਂ, ਖੀਰ। ਵਾਹ ਬਈ ਵਾਹ, ਖੀਰ ਦਾ ਨਾਂ ਲਿਆ ਤਾਂ ਮੂੰਹ 'ਚ ਪਾਣੀ ਆ ਗਿਆ। ਫਿਰ ਛੇਤੀ ਛੇਤੀ ਬਣਾ ਲਾ, ਮੈਂ ਰੰਗ ਕਰ ਲੈਂਦਾ ਤੂੰ ਖੀਰ ਕਰ ਲਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਤੁਸੀਂ ਹਵਾ ਦੇਖੋ ਕਿੰਨੀ ਖੂਬਸੂਰਤ ਅਤੇ ਪਿਆਰੀ ਆਵਾਜ਼ ਚੱਲ ਰਹੀ ਹੈ। ਚੱਲ ਠੀਕ, ਮੈਂ ਬਾਅਦ ਮੇਰਾ ਧੋ ਲਿਆ ਅਤੇ ਮੌਸਮ ਮਾਸ਼ਾਅੱਲਾ ਜੀ ਗਰਮੀ ਦਾ ਤੋੜ ਜਿਹੜਾ ਨਾ ਜ਼ੋਰ ਉਹ ਟੁੱਟ ਗਿਆ। ਮੁਕੱਦਸ ਮੈਨੂੰ ਕੋਈ ਕੱਪੜਾ ਦੇ ਦੇ ਤਾਂ ਕਿ ਮੈਂ ਇਹਦੇ ਉੱਤੇ ਨਾ ਮਿੱਟੀ ਲੱਗੀ ਵਾਸਤੇ ਇਹ ਮਸਾਫ ਕਰਦੇ ਹਾਂ ਅਤੇ ਫਿਰ ਰੰਗ ਕਰਾਂ। ਹੈ, ਮੈਨੂੰ ਕੱਪੜਾ ਦੇ ਕੋਈ ਮਿੱਟੀ ਵਾਲਾ, ਕੋਈ ਡਸਟਰ ਜਿਹਾ, ਕੋਈ ਇਸ ਤਰ੍ਹਾਂ ਦਾ ਕੁਮਿੰਦੇ ਦੇ ਨਾ। ਅਲਹਮਦੁਲਿਲਾ ਜੀ, ਵਾਂਸ ਮੈਂ ਥੱਲੇ ਲਾ ਕੇ ਸਾਫ਼ ਕਰ ਲਿਆ। ਵਾਂਸ ਮੈਂ ਸਾਫ਼ ਕਰਦਾ ਪਿਆ ਸੀ, ਡਿੱਗਿਆ ਤਾਂ ਅੱਲਾ ਦਾ ਸ਼ੁਕਰ ਲਾਲ ਟਾਈਮ ਬਚ ਗਈ ਮੇਰੀ। ਸੁੱਚ ਲੱਭ ਗਿਆ ਵਾ ਅਤੇ ਤੁਸੀਂ ਉਹਨੂੰ ਤਾਰ 'ਤੇ ਲਗਾ ਦਿਓ, ਜਦੋਂ ਮੈਂ ਇੱਦਾਂ ਹੀ ਤਾਰ ਲਗਾਉਂਦੀ ਹਾਂ ਤਾਂ ਕਰੰਟ ਨਾ ਪਏ। ਅੱਛਾ ਠੀਕ ਹੈ, ਮੈਂ ਲਾ ਦੇਣਾ ਇੱਥੇ ਲਗਾ। ਚਲ ਟੈਸਟਰ ਲਿਆ ਔਰ ਮੇਰੇ ਫੜਾ ਦੇ ਲਾ। ਚਲ ਬਾਅਦ 'ਚ ਲਾ ਲੈਂਦੇ, ਪਰ ਜਲਦੀ ਤਾਂ ਨਹੀਂ, ਇੱਥੇ ਰੱਖ ਦੇ ਨਾ, ਇੱਥੇ ਇੱਥੇ ਰੱਖ ਦੇ। ਹਾਂ, ਬਾਅਦ 'ਚ ਲਾ ਲੈਂਦੇ ਹਾਂ, ਤੂੰ
ਉਹਦੇ ਮੈਨੂੰ ਸਰਾ ਇੱਥੇ ਯੈਲੋ ਹੋ ਜਾਏਗਾ, ਇੱਥੇ ਰੈੱਡ ਹੋ ਜਾਏਗਾ, ਹੈ ਹਾਂਜੀ ਪਾਣੀ ਠੰਡਾ ਹੋ ਜਾਊ ਘੜੇ ਦਾ, ਫਿਰ ਪੀਵਾਂਗੇ। ਸਾਬਣ ਜਿਹੜਾ ਮੈਂ ਸਿਰਫ ਬਾਹਰਲੀ ਸਾਈਡ ਤੇ ਘੜੇ ਤੇ ਲਾਣਾ ਵਾ, ਅੰਦਰ ਨਹੀਂ ਤੇ ਸਾਬਣ ਲਾਣਾ, ਨਹੀਂ ਤੇ ਪਾਣੀ ਫਿਰ ਨਾ ਸਹੀ ਠੰਡਾ ਨਹੀਂ ਰਹਿੰਦਾ। ਸਿਰਫ ਪਾਣੀ ਵਿੱਚ ਪਾ ਕੇ ਤੇ ਵੈਸੇ ਹੰਘਾਲ ਲਓ, ਬਾਹਰਲੀ ਸਾਈਡ ਤੇ ਅੱਛੇ ਤਰੀਕੇ ਨਾਲ ਸਾਬਣ ਨਾ ਧੋ। ਪਾਣੀ ਘੜੇ ਦੇ ਵਿੱਚ ਹੰਘਾਲ ਕੇ ਨਾ ਪਾਣੀ ਤੇ ਜਿਹਦੇ ਹੀ ਡੋਲਿਆ ਨਾ ਖੜਕੇ ਦੇ ਨਾਲ ਨਾ ਕਬੂਤਰੀ ਡਰ ਕੇ ਤੇ ਉਹਦੇ ਖੁੱਡੇ ਚੜ ਗਈ। ਅਲਹਮਦੁਲਿਲਾ ਜੀ, ਮੈਂ ਇੱਧਰੋਂ ਆਪਣਾ ਇੱਕ ਜਿਹੜਾ ਐਡਵਾਂਸ ਦਾ ਹਿੱਸਾ ਕਰ ਲਿਆ, ਹੁਣ ਅੱਗੇ ਇਹ ਕੀਤਾ ਵਾ, ਅੱਗੇ ਇੱਥੋਂ ਕਰਾਂਗਾ ਜੀ ਯੈਲੋ, ਇਸੇ ਤਰ੍ਹਾਂ ਅੱਗੇ ਚੇਂਜ ਕਰਦਾ ਜਾਵਾਂਗਾ ਜੀ ਅਲੱਗ ਅਲੱਗ। ਅਲਹਮਦੁਲਿਲਾ ਜੀ, ਬਾਂਸ ਨੂੰ ਮੈਂ ਕਲਰ ਕਰ ਰਿਹਾ, ਮੈਂ ਲੋਹੇ ਦੀ ਤਾਰ ਜੀ ਬੰਨੀ ਸੀ, ਇਹ ਵੀ ਮੈਨੂੰ ਲੱਗਦਾ ਹੁਣ ਖਰਾਬ ਹੋਈ ਪਈ, ਖੋਲ੍ਹ ਕੇ ਦੁਬਾਰਾ ਸੈੱਟ ਵੈਟ ਕਰਨੀ ਪਵੇਗੀ। ਲਾਈਟ ਚਲੀ ਗਈ, ਤੂੰ ਲਾਈਟ ਪਾਣੀ ਨਹੀਂ ਹੈਗਾ ਟੈਂਕੀ 'ਚ, ਟੈਂਕੀ 'ਚ ਪਾਣੀ ਨਹੀਂ ਹੈ ਤੇ ਫਿਰ ਕੀ ਕਰਨਾ ਲਾਈਟ? ਕਿਚਨ 'ਚ ਹਨੇਰਾ ਹੋ ਗਿਆ ਤੇ ਆਹ ਲਾਲ ਟੈਨ ਲਾ ਕੇ ਚਲਾ ਲਾ, ਤੇਲ ਹੈਗਾ ਵਿੱਚ ਵੇਖ ਭਲਾ, ਤੇਲ ਖਤਮ ਹੋਇਆ ਪਿਆ। ਲੈਟ ਤੇ ਪਤਾ ਨਹੀਂ ਕਿਦੋਂ ਆਣਾ ਵਾ, ਪਰ ਕੰਮ ਤੇ ਕਰਨਾ ਹੀ ਹੈ ਨਾ। ਲਓ ਜੀ ਬਿਸਮੁੱਲਾ ਕਰਦੇ ਆ, ਲੱਕੜਾਂ ਜਿਹੜੀਆਂ ਜੁੱਤੀ ਦਾ ਝੂਲ ਭੂਲ ਸੀ ਉਹ ਮੈਂ ਜੋੜ ਕੇ ਨਾਲ ਇੱਥੇ ਲੱਕੜਾ ਜੋੜਤੀ ਤਾਂ ਅੱਗ ਜਿਹੜੀ ਛੇਤੀ ਪਾ ਜੂਗੀ। ਮਾਸ਼ਾਅੱਲਾ ਜੀ, ਅੱਜ ਮੈਂ ਬਣਾਉਣ ਲੱਗੀ ਹਾਂ ਮਿੱਠੀ ਖੀਰ, ਮਜ਼ੇਦਾਰ। ਅੱਗੇ ਲੂਣੀ ਥੋੜ੍ਹੀ ਪਾਉਂਦੀ, ਮਿੱਠੀ ਪਾਉਂਦੀ, ਇਹ ਲਈ ਖੀਰ ਬਣਾਉਣ ਲੱਗੀ। ਇੱਕ ਹੁੰਦੀ ਨਾ ਘਰ ਦੇ ਵਿੱਚ ਚਾਵਲ, ਚਾਵਲ ਵਿੱਚ ਪਾਈ ਦੇ ਦੁੱਧ 'ਚ, ਉਹਦੀ ਖੀਰ ਬਣਾਈ ਦੀ, ਪਰ ਮੈਂ ਨਾ ਐਵੇਂ ਡੱਬੇ ਵਾਲੀ ਖੀਰ ਲਈ ਹੈ। ਇਹਦੇ ਵਿੱਚ ਸਾਰੇ ਮੇਵੇ ਸ਼ੇਵੇ ਹਰ ਸ਼ਾਇ ਵਿੱਚ ਹੀ ਹੁੰਦੇ। ਬਾਬਾ ਦਿਨਾਂ ਤੋਂ ਨਾ ਮੇਰਾ ਖੀਰ ਖਾਣ ਨੂੰ ਬੜਾ ਦਿਲ ਕਰਨ ਰਿਹਾ ਸੀਗਾ, ਤੇ ਇਹਨੇ ਥੋੜ੍ਹਾ ਥੋੜ੍ਹਾ ਦੁੱਧ ਜੋੜਿਆ, ਜੋੜ ਕੇ ਤੇ ਫਿਰ ਜਦੋਂ ਖੀਰ ਜੋਗਾ ਜੋੜ ਗਿਆ, ਉਦੋਂ ਫਿਰ ਡੱਬਾ ਲਿਆ ਤਾਂ ਤੇ ਹੁਣ ਉੱਪਰ ਦੂਸਰਾ ਰੱਖ ਦਿੱਤੀ ਖੀਰ ਬਣਾਉਣ ਵਾਸਤੇ। ਲਓ ਜੀ, ਇਹ ਜਿਹੜਾ ਨਾ ਇਹ ਰਹਿ ਗਿਆ ਸੀ, ਇਹਨੂੰ ਪੰਜਾਬੀ ਸੱਦੇ ਆ, ਕਹਿੰਦੇ ਆ ਤੁੱਕਾ, ਯਾਨੀ ਕਿ ਸਪੋਰਟਰ। ਇਹਨੇ ਬਾਂਸ ਸਾਡੇ ਜਿਹੜਾ ਤਾਂ ਲਾਇਆ ਹੁੰਦਾ ਨਾ, ਇੱਥੇ ਇੰਝ ਕਰਕੇ ਸਪੋਰਟ ਕਰਦਾ, ਇਹ ਥੱਲੇ ਲਾ ਦੇਈਦਾ ਨਾ ਇਸ ਤਰ੍ਹਾਂ, ਅਤੇ ਬਾਂਸ ਨੂੰ ਸਪੋਰਟ ਕਰੇਗਾ, ਥੱਲੇ ਟਾਈਟ ਹੋ ਜਾਏਗਾ। ਅਤੇ ਹੁਣ ਇਹਨੂੰ ਰੰਗ ਕਰ ਲਈਏ, ਇਹ ਰਹਿ ਗਿਆ ਸੀ, ਲੱਭ ਨਹੀਂ ਸੀ ਰਿਹਾ। ਆ ਗਈ ਲਾਈਟ, ਲੋ ਜੀ ਮਾਸ਼ਾਅੱਲਾ ਸੁਲਤਾਨ ਰਾਈ ਦਾ ਡੰਡਾ ਤਿਆਰ ਹੋ ਗਿਆ। ਕਹਿੰਦੇ ਨੇ ਨਾ ਬੋਏ ਮੋਲੇ ਨੂੰ ਮੋਲਾ ਨਾ ਮਾਰੇ ਤੇ ਮੋਲਾ ਨਹੀਂ ਮਾਰਦਾ, ਹੈ ਨਾ। ਵਾਹ ਵੀ ਵਾਹ, ਬੜਾ ਸਟਾਈਲ ਬਣਾਏ। ਆ ਕੱਪੜੇ ਖਰਾਬ ਹੋਏ, ਕੱਪੜੇ ਨਾਲ ਲੱਗਣ ਦੇ।
ਮਾਸ਼ਾਅੱਲਾ ਨਾ ਖੂਬਸੂਰਤ ਲੱਗਣ ਦੇ ਆ ਰੰਗ ਬਿਰੰਗਾ ਬਾਂਸ। ਸੋਚੀ ਰੱਖਿਆ ਕਰੋ ਕੁਛ ਨਾ ਕੁਛ ਨਵੇਂ ਤੋਂ ਨਵਾਂ ਆਈਡੀਆ ਬਣਾਈ ਰੱਖਿਆ ਕਰੋ ਆਪਣੇ ਭੈਣ ਭਾਈ ਨਸ਼ੇ। ਅਲਹਮਦੁਲਿਲਾ ਜੀ ਦੁੱਧ ਜਿਹੜਾ ਨਾ ਉਹ ਬਾਇਲ ਕਰ ਲਿਆ ਜੇ ਚੀਨੀ ਵੀ ਥੋੜ੍ਹੀ ਜਿਹੀ ਪਾਈ ਹੈ ਅਤੇ ਬਾਕੀ ਇਹਦੇ ਵਿੱਚ ਚੀਨੀ ਵੈਸੇ ਹੁੰਦੀ ਹੈ ਜਦੋਂ ਪਾ ਕੇ ਇਸ ਤੋਂ ਬਾਅਦ ਚੈੱਕ ਕਰ ਲਈਏ ਜੇ ਅਗਰ ਘੱਟ ਵੱਧ ਹੋਈ ਤਾਂ ਫਿਰ ਬੰਦਾ ਪਾ ਲੈਂਦਾ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਆ ਮਾਸ਼ਾਅੱਲਾ ਜੀ ਅਲਹਮਦੁਲਿਲਾ ਵਾਂਸ ਮੈਂ ਕਲਰ ਕਰਕੇ ਲਗਾ ਦਿੱਤਾ ਅਤੇ ਆਹ ਤੁੱਕਾ ਜੀ ਨੂੰ ਸਪੋਟਰ ਮੈਂ ਕਹਿ ਸਿਆ ਵੇਖੋ ਨਾ ਹੁਣ ਮੈਂ ਲਾਇਆ ਤੁਹਾਨੂੰ ਸਮਝ ਆ ਰਹੀ ਹੋਣੀ ਹੈ ਅਤੇ ਪਿੱਛੋਂ ਹੋ ਕੇ ਦਿਖਾਉਣਾ। ਲਓ ਜੀ ਮਾਸ਼ਾਅੱਲਾ ਪਰਫੈਕਟ ਹੋ ਗਿਆ ਕਿ ਇੱਕੋ ਭੈੜਾ ਜਿਹਾ ਕਲਰ ਹੈਗਾ ਸੀ ਅਤੇ ਉਹ ਸਾ ਅੱਛਾ ਨਹੀਂ ਸੀ ਲੱਗਦਾ ਇਸ ਵਾਸਤੇ ਇਹਨੂੰ ਵੀ ਕਲਰ ਕਰ ਦਿੱਤਾ। ਹੁਣ ਰੰਗ ਤਾਂ ਮੈਂ ਅਲਹਮਦੁਲਿਲਾ ਖੋਲਿਆ ਤਾਂ ਹੋਵੇ ਨਾ ਲੱਗਦੇ ਹੱਥ ਜਿੱਥੇ ਆ ਕਲਰ ਖਰਾਬ ਹੋਇਆ ਬਾਰਿਸ਼ ਦੀ ਵਜ੍ਹਾ ਇਹਨੂੰ ਵੀ ਥੋੜ੍ਹਾ ਬਹੁਤ ਸੈੱਟ ਕਰ ਦੇਣਾ ਚਾਹੀਦਾ। ਜੀ ਰਾਤ ਵੀ ਹਨੇਰਾ ਹੋ ਗਿਆ ਤੇ ਹਜੇ ਤੱਕ ਜਾਣੀ ਮੇਰੀ ਨਾ ਖੀਰ ਨਹੀਂ ਬਣੀ ਕਿਉਂਕਿ ਨਾ ਕਦੀ ਜ਼ਿਆਦਾ ਤੇਜ਼ ਅੱਗ ਬਲ ਜਾਂਦੀ ਹੈ ਤੇ ਕਦੇ ਫਿਰ ਕੱਟ ਹੋ ਜਾਂਦੀ ਫਿਰ ਉਹ ਕੱਢ ਦਿੰਦੀ ਹੈ ਤੇ ਲੱਕੜੀਆਂ ਸਾਰੀਆਂ ਬਲ ਗਈਆਂ ਬਸ ਇਹ ਨਿੱਕੀ ਟੋਟਾ ਰਹਿ ਗਿਆ। ਹੁਣ ਹਲਕੀ ਹਲਕੀ ਆਂਚ ਤੇ ਪਕਾ ਰਹੀ ਹਾਂ ਤਾਂ ਕਿ ਇਹਨੂੰ ਦਿਨ ਤੀਕਰ ਗਾੜੀ ਹੋ ਜਾਏਗੀ ਨਾ ਫਿਰ ਇਹਨੂੰ ਮੈਂ ਲਾ ਦੇਣਾ। ਔਰ ਗੈਸ ਦੀ ਅੱਗ ਤਾਂ ਤੁਹਾਨੂੰ ਇਹ ਪਤਾ ਹੁੰਦਾ ਕਿ ਇੱਕ ਹਲਕੀ ਆਂਚ ਤੇ ਇੱਕ ਵੀ ਰੱਖ ਦਿੱਤਾ ਇੱਕ ਵਾਰੀ ਤੇ ਜਿਹੜਾ ਲੱਕੜੀਆਂ ਦੀ ਅੱਗ ਹੁੰਦੀ ਉਹ ਕਦੀ ਜ਼ਿਆਦਾ ਹੋ ਗਈ ਕਦੇ ਘੱਟ ਹੋ ਗਈ ਇਸ ਤਰੀਕੇ ਨਾਲ ਨਾ ਫਿਰ ਮੁਸ਼ਕਿਲ ਬਣਦੀ ਹੈ। ਅਲਹਮਦੁਲਿਲਾ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਸਾਡੇ ਮੁਲਕ ਦੀ ਬਿਜਲੀ ਜਿਹੜੀ ਉਹ ਚਲੀ ਗਈ ਹੈ ਸਹੀ ਹੈ ਨਾ। ਮੈਂ ਚੁੱਲ੍ਹੇ ਥੱਲੇ ਲੈ ਲਈ ਕਿ ਤੇ ਡੋਲੀ ਨਾ ਜਾਵੇ ਪਾਲੇ ਚ ਨੇਰੇ ਚ ਨਜ਼ਰ ਹੀ ਇਹ ਵੀ ਸਹੀ ਹੈ। ਮੈਂ ਮੂੰਹ ਹੱਥ ਧੋ ਕੇ ਅਲਹਮਦੁਲਿਲਾ ਪਹਿਲਾਂ ਹੋ ਗਿਆ ਰੰਗ ਸ਼ੰਗ ਕਰਕੇ ਲੱਕੜਾਂ ਦੀ ਰੋਸ਼ਨੀ ਦੇ ਵਿੱਚ ਹੀ ਲਾਈ ਤੇ ਅਗਰ ਤੂੰ ਦੱਸ ਯਾਦ ਕਰਾ ਦਿੰਦੀ ਤਾਂ ਆਪਾਂ ਮਿੱਟੀ ਦਾ ਤੇਲ ਲੈ ਜਾਣਾ ਸੀ ਤੇ ਲਾਲ ਟੈਨ ਮਿੱਟੀ ਦਾ ਤੇਲ ਜਲ ਜਾਣਾ ਸੀ ਅੱਜ ਜੋਵਾਂ ਸੀ ਅੱਜ ਵੀ ਨਵੀਂ ਸੀ। ਹਾਂ ਸ਼ਹਿਰੋਂ ਲਿਆਉਣਾ ਪੈਂਦਾ ਦਰਅਸਲ ਤੇਲ ਇੱਥੇ ਸਾਡੇ ਕੋਲ ਲੱਭਦਾ ਨਹੀਂ ਹੈਗਾ ਕਿਉਂਕਿ ਹੁਣ ਹਰ ਘਰ ਦੇ ਵਿੱਚ ਲਓ ਜੀ ਸਾਡੇ ਮੋਬਾਈਲ ਦੀ ਲਾਈਟ ਵੀ ਬੰਦ ਹੋ ਗਈ ਲਾ ਬਿਜਲੀ ਵੀ ਆ ਗਈ ਕਮਾਲ ਨਹੀਂ ਹੋ ਗਈ ਕੀ ਬਾਤ ਹੈ ਗੁੱਡ ਹੋ ਗਿਆ ਚਾਹ ਹੁਣ ਛੇਤੀ ਪਕਾ ਲਾ ਭੁੱਖ ਵੀ ਬਹੁਤ ਲੱਗੀ ਰੋਟੀ ਵੀ ਬਣਾਉਣੀ ਹੈ ਜੀ ਆ ਦਿੱਤੀ ਹੈ ਮੈਂ ਕਿਹਾ ਪਾਣੀ ਭਰ ਲਈਏ ਕਿਉਂਕਿ ਬਿਜਲੀ ਜਾਂ ਬਾਰਿਸ਼ ਹੋਵੇ ਨਾ ਤਾਂ ਬਿਜਲੀ ਚਲੀ ਜਾਂਦੀ ਮੁਕੱਦਸ ਹੈ ਹਲਕੀ ਫੁਲਕੀ ਬਾਰਿਸ਼ ਹੋ ਰਹੀ ਆ ਜੋ ਕੁਛ ਕਰਨਾ ਛੇਤੀ ਕਰ ਲਾ ਫਿਰ ਲਾਈਟ ਚਲੀ ਜਾਣੀ ਆ ਮਿੱਟੀ ਦਾ ਤੇਲ ਵੀ ਨਹੀਂ ਆਪਣੇ ਤੋਂ ਹਾਂ ਇਸ ਵਾਸਤੇ ਮੈਂ ਤੈਨੂੰ ਦੱਸ ਦਿੱਤਾ ਬਾਹਰ ਹਲਕੀ ਹਲਕੀ ਬਾਰਿਸ਼ ਆ ਰਹੀ ਅਤੇ ਪਾਣੀ ਵੀ ਭਰਨ ਵਾਲਾ ਫਿਰ ਹੁਣ ਕੀ ਕਰੀਏ ਦੋਵੇਂ ਘੜੀਆਂ ਵੇਲੀਆਂ ਪਈਆਂ ਮਾਸ਼ਾਅੱਲਾ ਜੀ ਘੜੇ ਧੋ ਕੇ ਤਾਜ਼ਾ ਪਾਣੀ ਭਰ ਦਿੱਤਾ ਘੜਿਆਂ ਦੇ ਵਿੱਚ। ਮਾਸ਼ਾਅੱਲਾ ਜੀ ਦੋਨੇ ਘੜੇ ਜਿਹੜੇ ਨਾ ਪਾਣੀ ਨਾਲ ਭਰੇ ਗਏ ਆ ਹੁਣ ਇਹ ਸੁਬਹ ਨੂੰ ਜਾਂ ਠੰਡਾ ਪਾਣੀ ਇਹਦਾ ਪੀਵਾਂਗੇ ਘੜਿਆਂ ਦਾ ਕਿਸੇ ਦਾ ਸਮਾਨ ਡਿੱਗਿਆ ਠੱਕ ਦੇਣੀ ਜਿਹੜੇ ਸ਼ੋਰ ਕਿੰਨਾ ਹੋਇਆ ਨਾ ਹਨੇਰੀ ਜਦੋਂ ਇਕਦਮ ਤੇਜ਼ ਚੱਲੀ ਹੈ ਤੇ ਕਿਸੇ ਦਾ ਨਾ ਸਮਾਨ ਜਿਵੇਂ ਡਿੱਗਿਆ ਹੁੰਦਾ ਟਰੱਕ ਦਣੀ ਵੀ ਗਿਆ ਠੱਕ ਛੱਪਰ ਉੱਡ ਗਿਆ ਕਰੇ ਕੀ
ਤੇ ਅਲਹਮਦੁਲਿਲਾਹ ਖੀਰ ਜਿਹੜੀ ਨਾ ਬਣਾ ਕੇ ਅੰਦਰ ਰੱਖ ਦਿੱਤੀ ਆ। ਖੀਰ ਨੇ ਇੱਥੇ ਰੱਖ ਦਿੱਤੀ ਸੀ ਤਾਂ ਕਿ ਮਿੱਟੀ ਜਿਹੀ ਨਾ ਵਿੱਚ ਨਾ ਜਾਵੇ ਰੇਤ ਵਗੈਰਾ, ਤੇ ਹੁਣ ਉੱਪਰ ਦੇ ਨਾਲ ਕੱਪੜਾ ਵੀ ਦੇ ਦਿੱਤਾ, ਅਗਰ ਦਰਵਾਜ਼ਾ ਖੁੱਲਦਾ ਵੀ ਹੈ ਨਾ ਤੇ ਮਿੱਟੀ ਨਹੀਂ ਆਏਗੀ, ਅਗਰ ਆਏਗੀ ਵੀ ਤੇ ਕੱਪੜੇ ਦੇ ਉੱਪਰ ਹੋਏਗੀ, ਬਰਤਨ ਦੇ ਵਿੱਚ ਨਹੀਂ ਜਾਏਗੀ। ਔਰ ਨਾਲੇ ਨਾ ਢੱਕਣ ਦਾ ਜਿਹੜੀ ਡੂੰਡੀ ਜੀ ਇਹ ਲੱਥ ਗਈ ਸੀ, ਥੋੜੇ ਤੇ ਸੁਰਾਖ ਰਾਸਤਾ ਹੀ ਆ, ਕੋਈ ਚੀਜ਼ ਨਾ ਵਿੱਚ ਚਲੀ ਜਾਵੇ, ਇਸ ਕਰਕੇ ਮੈਂ ਨਾ ਢੱਕਣ ਰੱਖਿਆ ਵਾ ਏਦਾਂ ਕਰਕੇ, ਤਾਂ ਕੀੜੀ ਛੀੜੀ ਵੀ ਨਾ ਜਾਵੇ, ਮਿੱਟੀ ਨਾ ਜਾਵੇ। ਮਾਸ਼ਾਅੱਲਾ ਜੀ, ਖੀਰ ਚੈੱਕ ਕਰੋ ਉੱਪਰ ਦੇਖੋ ਆਪਣੇ ਆਪ ਹੀ ਉਹ ਕੀ ਕਹਿੰਦੇ ਸਜਾਵਟ ਹੋ ਗਈ। ਜੀ ਬੱਦਲ ਵੀ ਲਿਸ਼ਕਦਾ ਪਿਆ ਵਾ, ਹੁਣ ਮੌਸਮ ਵੀ ਅੱਛਾ ਹੋ ਗਿਆ, ਠੰਡਾ ਹੋ ਗਿਆ ਤੇ ਲਾਈਟ ਵੀ ਚਲੇ ਗਈ ਹੈ, ਤਾਂ ਹੁਣ ਜਿਹੜਾ ਨਾ ਬਾਹਰ ਹੀ ਆ ਗਈ, ਇੰਨਾ ਕਿ ਮਿੱਟੀ ਨਹੀਂ ਉੱਡ ਰਹੀ ਹੈਗੀ, ਬਸ ਹਵਾ ਚੱਲ ਰਹੀ, ਸਕੂਨ ਆ ਰਿਹਾ, ਜ਼ਿੰਦਗੀ ਲੈਟੀ ਹੁੰਦੀ ਹੁੰਦੀ। ਮੁਕਾ ਤਾਂ ਛਾਪਰ ਛੇਤੀ ਲੱਗ ਕੇ ਬਾਰਾ ਸ਼ੁਰੂ ਹੋ ਗਈ ਹੈ, ਆ ਜਾ ਜੀ ਲੱਕੜਾ ਸਾਡਿਆਂ ਤੋਂ ਛਾਪਰ ਲੈ ਗਏ ਹੋਏ ਅਸੀਂ, ਅਤੇ ਆ ਦੇਖੋ ਸੁੱਕੀਆਂ ਲੱਕੜਾਂ ਅਤੇ ਬਾਰਿਸ਼ ਕਿਰਨੀ ਸ਼ੁਰੂ ਹੋ ਗਈ। ਹਲਕੀ ਨੇ ਬੂੰਦਾਬਾਰੀ ਕਦੀ ਹੁੰਦੀ ਕਦੀ ਫਿਰ ਰੁਕ ਜਾਂਦੀ, ਇਸੇ ਤਰੀਕੇ ਨਾਲ ਵੀ ਸਹੀ ਤਰ੍ਹਾਂ ਬਾਰਿਸ਼ ਨਹੀਂ ਹੋ ਰਹੀ, ਅਸੀਂ ਕਦੀ ਡਰਦੇ ਜਦੋਂ ਬਾਰਿਸ਼ ਹੋਣ ਲੱਗਦੀ ਹੈ, ਜੇ ਅਸੀਂ ਸੋਚਦੇ ਹਾਂ ਕਿ ਛਾਪਰ ਪਾ ਦਈਏ ਪਰ ਫਿਰ ਬਾਰਿਸ਼ ਰੁਕ ਜਾਂਦੀ ਹੈ, ਅਸੀਂ ਕਹਿ ਕੇ ਲੱਗਦਾ ਇੱਦਾਂ ਹੀ ਹੋਣੀ ਹੈ, ਜੇ ਜਾਗ ਰਹੇ ਹਾਂ ਤੇ ਜਿੱਦਾਂ ਹੀ ਅਗਰ ਤੇਜ਼ ਹੋਈ ਤਾਂ ਫਿਰ ਇਹ ਕਿ ਢੱਕ ਦੇਵਾਂਗੇ ਅੰਗੀਠੀਆਂ ਵਗੈਰਾ ਵੀ, ਕੋਈ ਰੰਗ ਕੀਤਾ ਵਾ ਫਿਰ ਸਾਰਾ ਖਰਾਬ ਹੋ ਜਾਣਾ। ਅਤੇ ਇਸੇ ਦੇ ਨਾਲ ਜੀ ਅੱਜ ਦੇ ਵਲੋਗ ਤਾਂ ਇੱਥੇ ਐਂਡ ਕਰਦੇ, ਉਮੀਦ ਕਰਦੀ ਮੇਰੇ ਭੈਣ ਭਾਈ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਆਇਆ, ਅਗਰ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਆਪਣੀ ਫੈਮ ਤੋਂ ਸ਼ੇਅਰ ਕਰੋ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਆਪਣਾ ਔਰ ਆਪਣੀ ਫੈਮ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾਹ ਹਾਫਿਜ਼।